ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ 5 ਏਕੜ ਤੱਕ ਦੇ ਕਰਜ਼ ਮਾਫ਼ੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਗਿੱਦੜਬਾਹਾ ਦੇ ਪਿੰਡ ਕੁਰਾਈਵਾਲਾ ਦਾ ਹੈ, ਜਿੱਥੇ ਇੱਕ ਨੌਜਵਾਨ ਕਰਮਦੀਪ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਆਪਣੇ ਨੇੜਿਓਂ ਲੰਘਦੀ ਰਾਜਸਥਾਨ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ ਕੀਤੀ ਹੈ, ਜਿਸ ਦੀ ਭਾਲ ਜਾਰੀ ਹੈ। ਘਟਨਾ ਤੋਂ ਬਾਅਦ ਜਾਣਕਾਰੀ ਦਿੰਦਿਆਂ ਕਿਸਾਨ ਦੇ ਪਿਤਾ ਕੌਰ ਸਿੰਘ ਨੇ ਦੱਸਿਆ ਹੈ ਕਿ ਸਾਡੇ ਕੋਲ 2.5 ਏਕੜ ਜ਼ਮੀਨ ਹੈ ਅਤੇ ਉਹਨਾਂ ਦਾ ਪੁੱਤਰ ਠੇਕੇ 'ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਦੇ ਸਿਰ 'ਤੇ 4 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ, ਜਿਸ ਦੇ ਚੱਲਦਿਆਂ ਉਸਨੇ ਅਜੇ ਕਦਮ ਚੁੱਕਿਆ ਹੈ। ਮੇਰਾ ਨਾਮ ਬਲਰਾਜ ਸਿੰਘ ਹੈ ਜੀ। ਇਹ ਮੇਰਾ ਜਵਾਈ ਸੀ ਜੀ, ਕਰਾਈ ਵਾਲੇ ਪਿੰਡ ਤੋਂ, ਕਰਮਦੀਪ ਸਿੰਘ ਦਾ ਨਾਂ ਸੀ। ਇਹਨਾਂ ਕੋਲ ਆਪਦੀ ਜ਼ਮੀਨ ਹੈ, ਕੁਛ ਠੇਕੇ 'ਤੇ ਲੈ ਕੇ ਵਾਹੀ ਕਰਦੇ ਸੀ, ਨਾਲ ਖੇਤੀ ਕਰਦੇ ਸੀ। ਪਿਛਲੇ ਸਾਲਾਂ ਦੇ ਵਿੱਚ ਫਸਲਾਂ ਘੱਟ ਹੋਣ ਕਰਕੇ ਕਰਜ਼ਾ ਇਹਨਾਂ ਦੇ ਸਿਰ ਕਾਫੀ ਚੜ੍ਹ ਗਿਆ, ਬੈਂਕਾਂ ਦਾ ਵੀ, ਆੜ੍ਹਤੀਆਂ ਦਾ ਵੀ ਕਾਫੀ ਕਰਜ਼ਾ ਹੋਣ ਕਰਕੇ ਟੈਨਸ਼ਨ ਦੇ ਵਿੱਚ ਰਹਿੰਦਾ ਸੀ। ਟੈਨਸ਼ਨ ਦੇ ਵਿੱਚ ਉਹਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਬਚਾਉਣ ਦੀ ਮਗਰ ਉਹਦਾ ਛੋਟਾ ਭਾਈ ਗਿਆ, ਪਰ ਉਹ ਬਚਾ ਨਹੀਂ ਸਕਿਆ ਜੀ। ਕਰਜ਼ਾ 6 ਲੱਖ ਤੋਂ ਉੱਪਰ ਹੋ ਸਕਦਾ ਜੀ, 6 ਲੱਖ, 6.5 ਲੱਖ ਇੰਨਾ ਹੋ ਸਕਦਾ। ਗੁਰਦੀਪ ਸਿੰਘ। ਬਸ ਦਿਮਾਗੀ ਥੋੜ੍ਹਾ ਟੈਨਸ਼ਨ ਜੀ ਰਹਿੰਦਾ, ਕਰਜ਼ਾ ਸੀਗਾ ਦੇਣਾ ਵਾਹਵਾ, ਅਤੇ ਠੇਕੇ 'ਤੇ ਪਹਿਲੀ ਲੈਂਦੇ ਸੀ, ਬਸ ਆਪਦੀ ਤਾਂ ਭਾਈ ਥੋੜ੍ਹੀ ਸੀ ਸਾਡੀ, ਅਤੇ ਬਸ ਐਂ ਟੈਨਸ਼ਨ ਜੀ 'ਚ ਰਹਿੰਦਾ ਸੀ। ਪਿਛਲੇ ਸਾਲ ਫਸਲ ਨਾ ਆਉਣ ਕਾਰਨ ਅਤੇ ਪਰੇਸ਼ਾਨ ਜਿਹਾ ਸੀ ਸੁਬਹਾ ਸੁਬਹਾ, ਅਤੇ ਸ਼ਾਮ ਨੂੰ 5 ਕੁ ਵਜੇ ਮੇਰੇ ਕੋਲ ਵੀ ਆਇਆ ਸੀ। 6 ਕੁ ਵਜੇ ਰੌਲਾ ਜਿਹਾ ਪੈ ਗਿਆ ਕਿ ਮੈਂ ਬਾਹਰ ਨੂੰ ਭੱਜ ਗਿਆ ਵੀ ਨਹਿਰ ਇੰਨੀ ਨੂੰ, ਅਸੀਂ ਮਗਰ ਭੱਜੇ ਅਤੇ ਬਹੁਤ ਜਾ ਵੀ ਬੜੇ, 5-4 ਕਿੱਲੇ ਪਿਛਾਂ ਸੀਗੇ, ਨਾਲ ਮੇਰਾ ਹੋਰ ਦੂਜਾ ਭਰਾ ਸੀ, ਅਤੇ ਕੋਲੇ ਜਾਂਦੇ ਜਾਂਦੇ ਜਦੋਂ ਨੂੰ ਕੋਲੇ ਉੱਪੜੇ ਉਦੋਂ ਨੂੰ ਛਾਲ ਮਾਰ ਗਿਆ, ਮੁੜ ਕੇ ਵਿੱਚ ਸਾਨੂੰ ਕੋਈ ਪਤਾ ਨਹੀਂ ਲੱਗਿਆ, ਫੋ ਨਹੀਂ ਪਿਆ, ਤਰਨ ਤੁਰ ਨਹੀਂ ਜਾਣਦੇ ਸੀ, ਇਹਦੇ ਕਰਕੇ ਬਚਾ ਨਹੀਂ ਸਕੇ। ਗਿੱਦੜਬਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ, ਪੰਜਾਬ ਟੂਡੇ।